الله يلا الله الله يلا الله آصف ممدانی نو فٹ اللہ دا نام اللہ واسطے کئی جوان کو شرک ہوے اے بار پورا کریشن میں کو میرے ناک سا سچو دے بعد حاجی شمل نشاری اے میرے صاحب اپنی بیوی دا بڑا شاہ خدا کرے سوال ہے بندہ نہیں پہلے اللہ سب کیا پتا ہے یا کیا نہیں یار اپنا آپ سنو میں بس سب کے سب کے ماشاء اللہ جابرا سٹو کر گھائی دبی اتر کھانے دے کو دگ کدے دے یار ہاں اوتے جو سگے اللہ پروگرام پہلے یا بعد
अज शमला लिशारी दरी मीरो दबा में मोहन नगल सन कब सुनो छोड़ो को सदन अल्लाह अल्लाह आपी बिस्मिल्लाह करके आज कौड़ा बदरू कोट छुटे आला आज ही कौड़ा बदरू कोट छुटे आला आली का मारो भाई बाद बाद कदा दे कोई रस आया आराम के बाद कदा दे रियो बाद है होने हो सलाम अलैकुम साजी आप सॉरी आया बता डिस है तो सही निशान है अगते अगते गिदिया घोड़ी चाहिए बला को घोड़ी है सटका अली कादिन का वादा थी जमीन जो खोली है बस कि नहीं ए लीका मरीज गए ए बार ई लीके दो ते कच्ची सी घोड़ी कोई जिथा भी सटे एक दूजी गाल है बार दू दफा चावन कार है दू त्रीजी गाल है बार चला जिता लग सी उठा ही कच्ची सी अब तो टोर वे सी ना कच्ची सी जिता बार लग सी उठा ही कच्ची सी माशाल्लाह ए मारका कमेटी बांधे पैन ए पत्थर जेरे लाते न ए हिनवे सात मान अल्लाह 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 ठीक है बनाओ अल्लाह अल्लाह बाद हफीज मरकान तैयारी कर कौन पर खड़ा
ਸਾਡੇ ਆਪਣੇ ਕੋਲ ਹੱਕ ਹੈ ਆਪਣਾ ਰਸਾ ਆਪਣਾ ਜਿਹੜਾ ਆਪਣਾ ਸਾਨੂੰ ਮੈਂ ਰਸਾ ਬਣਾਵਾਂ ਤਾਂ ਵੱਧ ਦੇਵਾਂ ਜਿਹੜੇ ਰਸਾ ਵੱਧਾ ਜੋੜ ਬਣਾ ਬਜ਼ਾਰ ਕੋਈ ਹੱਟ ਵੈਸੇ ਮਰੀਦਾ ਔਰ ਤੇ ਸੱਜੂ ਕੁਟਾਣਾ ਡਰਾਮੇ ਵਾਲਾ ਜਾਨ ਕਰੋ ਚੈੱਕ ਹਰ ਕੋਈ ਆਪਣਾ ਕੋਈ ਟਾਈਮ ਟੇਬਲ ਕਰ ਸੀ ਕੋਈ ਉਹ ਸਹੀ ਕਹੀ ਤਾਂ ਚੁੱਪ ਦੁਆ ਖਾਇਰ ਦੀ ਮੰਗੀ ਨਾ ਆਨੇ ਆ ਬਾਬਾ ਤੂੰ ਦੱਬਲ ਮੰਗੂ ਆ ਤੇ ਵੱਡੇ ਜੋਰ ਦੇ ਲਿਆਓ ਸਨ ਮੰਗ ਕੋ ਲਾ ਦੋ ਆ ਕੇ ਤੇ ਆਦੀ ਦਵਾਈ ਖਰਾਬ ਕਰੇ ਕੇ ਓਏ ਜੋਰ ਛੁਪਾ ਗਈ ਆ ਵੀ ਕਿ ਆਮਨ ਦੀ ਗੱਲ ਹੱਥ ਦੇ ਨੂੰ ਹਜ਼ਾਰ ਕਰ ਖਾ ਲਈਏ ਕੋ ਕਮੇਟੀ ਦਵਾਈ ਕਰਾਂ ਕੰਮ ਪੱਕਾ ਸ਼ੁਰੂ ਕਰੇ ਨੇ ਪੈ ਪਹੁੰਚ ਐ ਮਾਰਕਾ ਗਾਲ ਇਵੇਂ ਪਹਿਲੀ ਵੀ ਜੋ ਪਹਿਲੀ ਗਾਲ ਇਹ ਕਾਇਲਾਨ ਸੁਣ ਗਿਨੋ ਆਸਿਫ ਮਮਦਾਨੀ ਬਾਰ ਪਹਿਲੋ ਚੈਸੀ ਬੇ ਜਿਹੜੀ ਆਵਾਮ ਉਹਨੇ ਕਹਿੰਦੇ ਛੋਟੀ ਪੌਦ ਹੈ ਉਹ ਬਾਰ ਚੈਸੀ ਪਹਿਲੇ ਊ ਕਹਿੰਦੇ ਬਾਅਦ ਵਿਚ ਆਸਿਫ ਸੁਭਾਨ ਜੇ ਆਇਆ ਵਧੇ ਚਾਵੇ ਤਾਂ ਆਸਿਫ ਦੇ ਬਾਅਦ ਚਾ ਸਕਦੇ ਕਮੇਟੀ ਵਾਸੀ ਸ਼ਰਤ ਇਹ ਕਮੇਟੀ ਵਾਸੀ ਰੱਖ ਦੇਣੀ ਵਾ ਮੇਰਾ ਕਾਂਡਾ ਬੰਨੇ ਮੈਂ ਚੁੱਪ ਇਹ ਅੱਜ ਰੋਸਤਮੀ ਨੀ ਖੜਦੀ ਪਈ ਏ ਜਿਹੜਾ ਜਵਾਨ ਡਾਢਾ ਸੀ ਸੀ ਉਹੀ ਕੋ ਰੋਸਤਮੀ ਦੀ ਪਾਕ ਵਧੀ ਸੀ ਮਾਸ਼ਾ ਅੱਲਾ ਇੱਕ ਤਾੜੀ ਮਾਰੋ ਅੱਜ ਕਹੀ ਫਿਰਾ ਕੋ ਰੋਸਤਮੀ ਗਿਨਣ ਦਾ ਸ਼ੌਂਕ ਹੋਵੇ ਤਾਂ ਹਾਜ਼ਰ ਥੀਵੇ ਨਾਂ ਲਿਖਵਾਓ ਕਮੇਟੀ ਵਾਹੋ ਸਾਰਾ ਨਿਜ਼ਾਮ ਬਣਾਓ ਇਹ ਕਹੀ ਕੋ ਪਤਾ ਕਾ ਨੀ ਆਸਮ ਮਮਦਾਨੀ ਕਿਵੇਂ ਮੇਲਾ ਰਖਾਏ ਕਿਵੇਂ ਉਹ ਅੱਜ ਆਇਆ ਬੈਠੇ ਇਹ ਜ਼ੋਰ ਲਗਨ ਦਾਦਾ ਮੰਮਾ ਖਾਂ ਬੈਠੇ ਦੀਆ ਉਹਦਾ ਫਿਰਾ ਹੁਸੈਨ ਖਾਂ ਬੈਠੇ ਦੀਆ ਅਜ਼ੀਮ ਸ਼ਾਹ ਇਵੇਂ ਢੇਰ ਢੇਰ ਸਾਰੇ ਲੋਕ ਗੁਲਾਮ ਅਹਿਮਦ ਖਾਂ ਸਦੀਕ ਖਾਂ ਸਾਰੇ ਇਹ ਉਹਨਾਂ ਦਾ ਮਿਹਰਬਾਨੀਆਂ ਹਨ ਉਹ ਆਸਿਫ ਕੋ ਅੱਜ ਘੇਨਨ ਮੇਲਾ ਉਹ ਰਖਾਏ ਬੇਤੇਰੇ ਮੈਡਾ ਰੂ ਇਵੇਂ ਆਦਾ ਖੜੇ ਅੱਜ ਸਾਰੇ ਜਵਾਨ ਜ਼ੋਰ ਲਾ ਦਿਖਾ ਲੋ ਅੱਲਾ ਤੁਹਾਡੀ ਹਿਆਤੀ ਰੱਖੇ ਆਮੀਨ ਬੇਹਤਰੀਨ ਮੌਕਾ ਇਵੇਂ ਅੱਜ ਮੌਕਾ ਹਾਸਲ ਕਰੋ ਅੱਲਾ ਲਾਹਿਲਾ ਕੋਈ ਜਵਾਨ ਸਾਡੇ ਵਜੇ ਦਾ ਆਸਿਫ ਕਹਿਣਾ ਜ਼ੋਰ ਲਾਈ ਸੀ ਅੱਜ ਆਖਰੀ ਦੌਰ ਹੈ ਬੜਾ ਬੜਾ ਸਾ ਹੁੱਟੇ ਪਏ ਮੇਲੇ ਬੜਾ ਬੜਾ ਸਾ ਮੇਲੇ ਆਸਿਫ ਖਾਂ ਮਮਦਾਨੀ ਆ ਕਮੇਟੀ ਵਾਇਬਾ ਇੰਤਜ਼ਾਰ ਜਾ ਘੜਿਆ ਖਤਮ ਤਾੜੀ ਮਾਰੋ ਸਾਰਾ ਪੂਰਾ ਕਰਵਾ ਸਾਰੇ ਪਹਿਲੇ
ਇਹ ਗੱਲ ਬਹੁਤੀ ਕਾਜ ਨਹੀਂ ਜੋ ਪਹਿਲੇ ਦੀ ਛੋਟੀ ਪੌਤੇ ਨਿਰ ਆਉਂਦੀ ਹੈ ਬਾਅਦ ਰੋਸ ਤੋਂ ਮੰਦਰ ਆਉਂਦੀ ਹਰ ਮਹਾਰ ਤੇ ਅੱਗੇ ਯਾ ਗੱਲ ਆਉਂਦੀ ਪਈ ਲੱਗ ਖੈਰ ਸਲਾਹ ਕੋਈ ਟਾਈਮ ਕਰੇ ਅੱਲਾਹ ਸਾਰੇ ਦੋਸਤੋਂ ਆਪਣਾ ਵੱਡਾ ਬਾਗ ਚੈਸਨ ਬਾਕੀ ਜਿਹੜੇ ਜਵਾਨ ਛੋਟਾ ਬਾਗ ਪਿੱਛੇ ਛੋਟਾ ਚੁੱਪ ਕੋਈ ਕਮੇਟੀ ਵਾਂਦੇ ਤੇ ਕੋਈ ਫਿਰਾ ਆਵੇ ਆਸੇ ਫਾਹ ਗਏ ਕਮੇਟੀ ਹੁਣ ਬਾਹਰ ਪੂਰਾ ਥੀਂਦਾ ਪਏ ਵਾਲਾ ਕੋਈ ਨਾ ਬਾਹਰ ਲਹਾਵਾਂਡੇ ਸੀ ਨਾ ਕੋਈ ਵੱਟੇ ਰੱਖ ਸਕਦੇ ਲਾਵੇ ਲਾਵੇ ਸਭ ਬਾਰੇ ਕਹੀ ਛੋਟੇ ਬਾਰ ਤੇ ਮੁੰਡਾ ਸਾਰਾ ਯਾਦ ਕਰਾਇਆ ਹੱਥੇ ਦਾ ਖਾਤੇ ਜਵਾਨ ਸੀ ਕਲਵਾਰ ਸੀ ਜੈ ਸੀ ਤੇ ਰਸਲ ਕਰਾ ਗਿਨ ਸੂ ਕੋਣ ਆਉ ਬਾਰੋ ਮਾਰ ਮਦਨ ਛੋਟੇ ਜੋੜਾ ਬਣਦਾ ਪਏ ਕਾ ਗਾਲ ਤਰਾ ਪਰ ਜਰ ਲੈ ਆਵੇ ਲੋ ਕੋਡੋ ਕੋਡੋ ਦੇ ਦੁਬਾਨਾ ਲਾ ਬਿਆ ਮੈਂ ਦੇ ਸਾਹਮਣੇ ਖੜਾ ਸਾ ਮਿਲ ਕੇ ਬਾਹਰ ਨੂੰ ਕਰਵਾਦਾ ਕਿਰਾਏ ਦਾ ਪੜਦੇ ਕਿਰਾਏ ਦਾ ਨਹੀਂ ਪੜਦਾ ਅੱਜ ਵੱਡੇ ਛੋਟੇ ਜਿਹੜੇ ਆਵੇ ਨਾ ਤੂੰ ਮੈਂ ਜਿਹੜੇ ਮੁੜਸੇ ਪਿੜਨ ਤੂੰ ਹੈ ਅਨਪੜ੍ਹ ਹੈ ਤਾਂ ਕੋਈ ਪੱਧਰੀ ਨਾਲ ਕਿਰਾਏ ਸਾ ਲੱਕੜ ਨਾਲ ਕੱਚੇ ਸੂ ਇਹ ਬਸ ਫੁੱਟਾ ਜਾਵਣ ਵਾਲਾ ਭਾਈ ਇਹ ਉੱਤੋਂ ਤਾਂ ਕਿਹੜੇ ਕਿਤੇ ਵਾਲਾ ਸੀ ਯਾਰ ਸ਼ਾਦੀ ਖਲਾਣਾ ਸੀ ਸਮਝਿਆ ਕਰੋ ਸੋਹਣਾ ਸੋਹਣਾ ਫਿਰ ਆਇਆ ਹੋਵੇ ਬਾਤ ਰੇਠਾ ਦਾ ਚੁੱਪ ਮੈਂ ਗੱਲ ਕੰਮ ਦੀ ਆ ਗਈ ਹੈ ਤੁਹਾਨੂੰ ਕੁਝ ਦੱਸਾਂ ਕਹੀਂ ਫਿਰਾ ਦਾ ਇਤਰਾਜ਼ ਹੋਵੇ ਇਜ਼ਹਾਰ ਕਰਾ ਹੈ ਨਾ ਹੋਵੇ ਤੇ ਪਿੱਛੇ ਤਾਰੀ ਅੱਲਾ ਦਾ ਨਾਂ ਗਿਨਾ ਹੈ ਚਾ ਮੁਨਸਿਬ ਆਸਿਫ ਜੁਮਾਨ ਆਸਿਫ ਮਮਦਾਨੀ ਮਮਾ ਬਸ ਗਿਸ਼ਕੋਰੀ ਕੁਛ ਨਹੀਂ ਖੜੇ ਕਹੀਂ ਫਿਰਾ ਦਾ ਇਤਰਾਜ਼ ਹੈ ਤੇ ਦੱਸੋ ਨਾ ਠੀਕ ਹੈ ਗੁਜਰਾ ਤੂੰ ਸੱਚੀ ਦੋਸਤ ਆਪਣਾ ਨਾਲ ਸੀ ਔਖਾ ਕਰੇ ਸੀ ਆਪ ਲੜੀ
ਹਾਜੀ ਕੌੜਾ ਬਦਰੂ ਇਹ ਕੋਟ ਛੁੱਟੇ ਬਾਂਦੇ ਬਦਰੂ ਬਾਹਰ ਕਹਿਣਾ ਪਏ ਸੱਚੇ ਦੇ ਉੱਤੇ ਹੁਣ ਅੱਲਾ ਦਾ ਨਾਂ ਅੱਲਾ ਅੱਲਾ ਤੂੰ ਆ ਕੋ ਬਦਨ ਬਾਰਾ ਮਾਂ ਵੇ ਚਾਚਾ ਦੱਸਣਾ ਤੁਰ ਫੇਰ ਕਰੋ ਆਵੇ ਉਦੋਂ ਇੱਕ ਠੀਕ ਹੈ ਬਈ ਦੱਸੀ ਵੇ ਤੂੰ ਸਭ ਜਿਹਾ ਕੀਤੀ ਇੰਚ ਸੱਤ ਸੱਤ ਇੰਚ ਸੱਤ ਇੰਚ ਸੱਤ ਇੰਚ ਬਾਅਦ ਹੱਕ ਨਵਾਜ਼ ਜਰਵਾਰ ਦਰੀ ਪੀਰਾ ਦਲਾਲਾ ਬੇੜੇ ਚਾਵਨ ਉਹ ਹੁਣ ਇਹ ਬੰਦੇ ਆਉਂਦੇ ਫਿਰ ਸਮਝਦੇ ਪਿੱਛੋਂ ਹੀ ਆਉਂਦੇ ਪਾ ਚੇਵੇ ਕੋਈ ਦਾ ਬੱਚਾ ਨਾਲ ਦਾ ਦੱਸਿਆ ਮੇਰਾ ਰਹਿ ਚੁੱਪ ਹੱਕ ਨਵਾਜ਼ ਦਰਬਾਰ ਇੱਕ ਫੁੱਟ ਦੂ ਇੰਚ ਨਾ ਸੀ ਨਾ ਫੜ ਅੱਲਾ ਦਾ ਨਾਂ ਕਿਨੂੰ ਅੱਲਾ 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 ਇਹਦੇ ਬਾਅਦ ਹਫੀਜ਼ ਮਰਕੰਡ ਲਾਡਣ ਦਾ ਇਹਦੇ ਬਾਅਦ ਹਫੀਜ਼ ਮਰਕੰਡ ਆਓ ਏ ਬਾਬਾ ਕਿੱਥਾਂ ਹੀ ਉੱਠਿਆ ਕਿੱਥਾਂ ਕੀ ਹਾਲ ਆ ਰਹੇ ਹੁਕਮ ਨਾਲ ਇਹ ਵੀ ਆ ਗਈ ਆ ਰਜੜਿਆ ਕੋਈ ਆ ਆਓ ਰਜੜਾ ਕੇ ਨਵਾਂ ਕਰੋ ਜ਼ਿਆਦਾ ਉਹ ਵੱਡਾ ਨਾ ਹੋਏ ਫੁੱਟ ਕਰੇ ਪਰੋਣ ਲਹਾ ਕੇ ਦਾਨੇ ਕੋਈ ਪਾਣੀ ਵੇਚਣ ਵਾਲਾ ਵਧੇ ਤੇ ਪੇੜੇ ਚ ਆਵੇ ਪਾਣੀ ਤੱਕ ਮੰਗਵਾ ਕਰੇ ਜਿੱਤੇ ਵੇ ਪਾਣੀ ਵੇ ਕਈ ਪਾਣੀ ਆਏ ਬਾਹਰ ਹਫੀਜ਼ ਮਰਕੰਡ ਚਾਹਨਾ ਪਏ ਹਫੀਜ਼ ਮਰਕੰਡ ਹਕਵਾ ਤੋਣੀ ਦਿਆ ਉਸਤਾਦ ਇੱਕ ਖੜੇ ਦਿਆ ਤੋ ਬਸ ਅੱਲਾ ਅੱਲਾ ਹੇਲਾ ਰੋਲਾ ਅੱਧਾ ਅੱਲਾ ਅੱਲਾ ਹੇਲਾ
اللہ اللہ ٹرو کھڑا ٹرو کھڑا بھال گئے اللہ 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 اج میں ماشاء اللہ ماشاء اللہ مبارکباد ہاں بات ہوئے ٹھیک ہے جی وا دہ فٹ دہ انچ اے حفیظ ملکانڈ فٹ دنچ اللہ کا نا اللہ پروگرام چھوٹے پار دیا جوان ہیت آؤ نات جوان فلا چاپی وغیرہ اوہ بات بجو کتنا بس تری فٹ اللہ پترو فٹ چھ چلا دانا اللہ وہ پتا ہے پیار آئے لائٹ سٹی وائی مبارکباد نوجوان سارے برا تاون کرائے پلوان نال محنت ماری کر بالکل زور لاوے پہلا نمبر حفیظ دوجا نمبر کوڑا کتنا کر
وزن مرشد آخر چوڈہ مان مائکو پتا کا نہیں کیا سجو کٹانا سجو کٹانا کٹانا بار چڑھنا پے تھانا ڈرام ملک سجو بار چاہنا پے ادے بار کوئی بندہ بار چاون والا ہے تو آ ونجے جن منہ تے نک اسی چاون نہ اسی بار جی سی ہار کیسی میں نات سجو چاہنا پے بار کو آصف ممدانی بار چاہنا پے پکا بار بلا بیا کوئی نہ چاہیے اللہ کو عوام کوئی کوئی خدا آپ کر لے شابش اللہ 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 دادا حق لے وے اللہ کتنا لے کام آری برلا یہ تو گوڑی لا تھی کس کی دکان پورا 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 پانچ فٹ ملک سجو دا بار تھیا پے پانچ فٹ پورا پورا امام بخش دا پتر سبحان دا سوتر بار چاتی پے پانچ فٹ چوڈا من کو سونا کرے نکلے Thank you.
ਬਸ ਪੈ ਕਰਨੇ ਹਾਂ ਹਾਂ ਬਸ ਬਸ ਬਸ
مہربانی